ਤੇਰੇ ਬਾਰੇ ਮੈਂ ਜਿਸ ਵਾਕਿਆ ਦਾ ਹਵਾਲਾ ਦਿੱਤਾ ਸੀ, ਇਹ ਪਿਆਰਾ ਵਾਕਿਆ ਸੁਣ। ਤਨਾਫਸ ਹੋਇਆ, ਦੋ ਕਬੀਲਿਆਂ ਦਾ ਆਪਸ 'ਚ ਮੁਕਾਬਲਾ ਹੋ ਗਿਆ ਫਖਰ ਦਾ। ਇਹੋ ਹੀ ਸੀ ਅਵਸਰ ਹਜ਼ਰਤ ਮਦੀਨੇ ਦੇ, ਜਿਹੜੇ ਪਹਿਲਾਂ ਦੁਨੀਆਂ ਵਾਸਤੇ ਲੜਦੇ ਔਰ 100 ਸਾਲ ਇਹਨਾਂ ਦੀਆਂ ਜੰਗਾਂ ਨਹੀਂ ਖਤਮ ਹੋਈਆਂ, ਇਹਨਾਂ ਦੇ ਵੱਡੇ ਮਾਰੇ ਗਿਆ, ਤਬਾਹ ਹੋ ਗਿਆ ਮਦੀਨਾ, ਮਰਦੇ ਰਹਿੰਦੇ। ਔਰ ਆਖਰੀ ਜੰਗ ਬਵਾਸ ਹੋਈ ਰਸੂਲਾਂ ਦੇ ਆਮਦ ਤੋਂ ਮਦੀਨੇ ਪਹਿਲਾਂ, ਜਿਹਦੇ 'ਚ ਬਿਲਕੁਲ ਇਹਨਾਂ ਦਾ ਸਭ ਕੁਛ ਲੁੱਟਿਆ ਲਟਾਇਆ ਗਿਆ, ਹੱਕ ਠਾਰ ਕੇ ਬਹਿ ਗਏ ਵੀ ਯਾਰ ਕੋਈ ਹੁਣ ਤਰੀਕਾ ਅਮਨ ਦਾ ਲੱਭੀਏ, ਰਿਹਾ ਕੁਛ, ਦੋਵਾਂ ਕਬੀਲਿਆਂ ਦਾ ਸਭ ਕੁਛ ਮਾਰਿਆ। ਇਸ ਗੱਲ ਲਈ ਕੁਛ ਲੋਕ ਮੱਕੇ ਗਏ ਅਤੇ ਮੱਕੇ ਦੇ ਸਰਦਾਰਾਂ ਕੋਲ ਮੰਗੀਏ ਵੀ ਸਾਡਾ ਸਾਥ ਦਿਓ, ਮੱਕੇ ਗਏ ਸੀ ਮਗਰ ਰੱਬ ਨੂੰ ਮਨਜ਼ੂਰ ਕੁਛ ਹੋਰ ਸੀ। ਉਹ 6ਵੇਂ ਬੰਦੇ ਪਹਾੜ ਦੀ ਘਾਟੀ 'ਚ ਬੈਠੇ ਸੀ ਅਤੇ ਸਵੇਰੇ ਉਹਨਾਂ ਨੇ ਕੁਰੈਸ਼ ਨੂੰ ਮਿਲਣਾ ਸੀ ਅਤੇ ਮਦਦ ਦਾ ਉਹਨਾਂ ਨਾਲ ਵਾਅਦਾ ਕਰਨਾ ਸੀ। ਉੱਥੇ ਅੱਲਾਹ ਦੇ ਹਬੀਬ ਪਾਕ ਸਾਹਿਬ ਅਲਾ ਕਰੈਸਲਾਤ ਸਲਾਮ ਆ ਗਏ। ਹਜ਼ੂਰ ਪਾਕ ਹਰ ਵਕਤ ਘੁੰਮਦੇ ਸੀ ਨੂਰ ਲੈ ਕੇ, ਆਪ ਦੇ ਮਸ਼ਹਦ ਸੀ, ਰੋਸ਼ਨੀ ਵੰਡਦੇ ਫਿਰਦੇ ਸੀ। ਕੋਈ ਇਸ ਨੂੰ ਲੈ ਲੈ, 6 ਬੰਦਿਆਂ ਨੂੰ ਜਿਸੇ ਮਿਲੇ ਔਰ ਤਾਰੀਖ ਦੇ ਅੰਦਰ ਉਹਨਾਂ 6 ਬੰਦਿਆਂ ਦੇ ਨਾਮ ਆਫੂ, ਯਾਨੀ ਉਹ ਗੁੰਮ ਨਹੀਂ ਹੋਏ, 6 ਦੇ 6 ਹੀ ਅਬ ਕਿਹੜੇ ਸੀ, ਉਹਨਾਂ ਦਾ ਕਬੀਲਾ ਲਿਖਿਆ ਗਿਆ, ਉਹਨਾਂ ਦੇ ਬਾਪ ਲਿਖੇ ਗਏ। ਹਜ਼ੂਰ ਪਾਕ ਨੇ ਗੱਲ ਸੁਣਾਈ, ਉਹਨਾਂ ਇੱਕ ਦੂਜੇ ਪਰ ਦੇਖੀ, ਕਹਿਣ ਲੱਗੇ ਦੇਰ ਨਾ ਕਰੋ, ਇਹ ਨਬੀ ਉਹ ਹੀ ਜਿਹਦੀ ਖਬਰ ਸਾਨੂੰ ਯਹੂਦੀ ਦਿੰਦੇ ਸੀ, ਯਹੂਦੀਆਂ ਦੇ ਆਲਮ ਦਾ ਜ਼ਿਕਰ ਕਰਦੇ ਸੀ, ਉਹ ਨਬੀ ਆ ਗਿਆ, ਹੁਣ ਨਹੀਂ ਦੇਰ ਕਰ। 6ਵੇਂ ਮੁਸਲਮਾਨ ਹੋ ਕੇ ਗਏ, ਅਗਲੇ ਸਾਲ 12 ਆਏ, ਅਗਲੇ ਸਾਲ 72, ਔਰ 2 ਔਰਤਾਂ ਦਾ ਕਾਫਲਾ ਆਇਆ। ਉੱਥੇ ਹੀ ਮੀਨਾਰ ਦੇ ਅੰਦਰ ਮਸਜਿਦ ਰਕਬਾ ਬਣੀ, ਜਿੱਥੇ ਅੱਲਾਹ ਦੇ ਨਬੀ ਅਲੈਹ ਸਲਾਤ ਵਸਲਾਮ ਨੇ ਉਹਨਾਂ ਨਾਲ ਬੈਤ ਕੀਤੀ, ਵਾਅਦਾ ਹੋਇਆ ਅਤੇ ਮੈਂ ਹੁਣ ਇਹ ਸ਼ਹਿਰ ਛੱਡ ਦੇਣਾ, ਮੇਰਾ ਮਰਨਾ ਜੰਮਣਾ ਹੁਣ ਤੁਹਾਡੇ ਨਾਲ ਹੈ, ਉੱਥੇ ਹੀ ਰਹੂੰਗਾ, ਉੱਥੇ ਮੇਰੀ ਕਬਰੇ ਪਾਕ ਬਣੂਗੀ। ਐਸਾ ਹੀ ਹੈ, ਰਸੂਲ ਪਾਕ ਮਦੀਨਾ ਚਲੇ ਗਿਆ, ਯਾਨੀ ਉਹ ਆਪਸ ਲੜਦੇ ਸੀ ਦੁਨੀਆ ਲਈ, ਮਗਰ ਹੁਣ ਕਿਸ ਤਰ੍ਹਾਂ ਬਹਿਸ ਹੋਈ, ਇਹ ਸੁਣ ਲਓ ਤਨਾਫਸ ਕਿ ਬੜੋ ਇੱਕ ਦੂਜੇ ਤੋਂ ਅੱਗੇ, ਮਗਰ ਇਹਨਾਂ ਚੀਜ਼ਾਂ 'ਚ ਬੜੋ ਲਿਖਿਆ। ਹਜ਼ਰਤ ਅਨਸ ਰਜ਼ੀ ਅੱਲਾਹ ਤਾਲਾ ਨੂੰ ਫਰਮਾਉਂਦੇ, ਪਹਿਲਾਂ ਅਨਸ ਹੀ ਵੇਖੋ ਕਿੱਡਾ ਖੁਸ਼ਕਿਸਮਤ ਆਦਮੀ, ਲੋਕ ਨਾ ਹੁਣ ਪੁੱਛਦੇ ਜੀ ਦੱਸੋ, ਮੈਂ ਫਿਰ ਮੈਂ ਟਰਸਾਂ ਦੇ ਕੰਜਰੋਂ ਪੁੱਛਦੇ ਜੀ ਤਾਂ ਉਹਨਾਂ ਦੇ ਨਾਲ ਨੱਚਣ ਵਾਲੀਆਂ, ਮੈਂ ਇਹ ਨਾ ਦੱਸਾਂ, ਜੇ ਤੁਸੀਂ ਮੁਸਲਮਾਨਾਂ ਦੇ ਪੁੱਤ ਹੁੰਦੇ, ਕੋਈ ਸਾਹਬਾਂ ਦੇ ਨਾਂ ਰੱਖਦੇ, ਰਸੂਲਾਂ ਦੇ ਘਰਾਣੇ ਦੇ ਰੱਖਦੇ, ਤੁਸੀਂ ਤਾਂ ਦੀਨ ਨੂੰ ਕੰਢ ਹੀ ਕਰ ਗਏ, ਤੁਹਾਡੇ ਜ਼ੁਲਮ ਤੋਂ ਤਾਂ ਬੁੱਤ ਵੀ ਰੋਂਦੇ ਆ ਕਿ ਹਰਮ ਦੇ ਮੰਨਣ ਵਾਲੇ ਸ਼ੁਰੂ ਕਰ ਦੇ। ਅਨਸ ਇਬਨ ਮਾਲਿਕ ਰਜ਼ੀ ਅੱਲਾਹ ਤਾਲਾ ਨੂੰ, ਮਾਂ ਉਮੇ ਸੁਲੈਮ, ਇਹ ਉਮੇ ਸੁਲੈਮ ਵੀ ਉਹਨਾਂ ਖੁਸ਼ ਨਸੀਬ ਔਰਤਾਂ 'ਚੋਂ ਆ ਜਿਹੜਾ ਮੈਂ 72 ਔਰ 2 ਦੱਸਿਆ ਨਾ, ਇਹ ਉਮੇ ਸੁਲੈਮ ਉਹ ਦੋਵਾਂ ਔਰਤਾਂ 'ਚ ਵੀ ਸੀ ਜਿਹਨੇ ਉੱਥੇ ਮੱਕੇ ਹਜ਼ੂਰ ਦੀ ਬੈਤ ਕੀਤੀ, ਔਰ ਦੂਸਰੀ ਉਮੇ ਮਾਰਾ ਸੀ। ਹਜ਼ਰਤ ਉਮੇ ਸੁਲੈਮ ਨੇ ਜਦੋਂ ਸੈਯਦ ਕਾਇਨਾਤ ਸੱਲਾ ਸਲਮ ਮਦੀਨਾ ਆਏ, ਪੁੱਤ ਲੈ 10 ਸਾਲ ਦਾ ਸੀ, ਅਰਸਲ ਲਿਆ ਕੇ ਹਜ਼ੂਰ ਨੂੰ ਦਿੱਤਾ, ਵੀ ਯਾਰ ਸੁਲਾ ਹੁਣ ਇਹ ਅਨਸ ਸਾਡਾ ਨਹੀਂ ਬੱਚਾ, ਤੁਹਾਡਾ ਕੋਈ ਸਾਡੇ ਘਰ ਦਾ ਕੰਮ ਨਹੀਂ, ਇਹਦੇ ਜ਼ਿੰਮੇ ਤੁਹਾਡੀ ਖਿਦਮਤ ਕਰੂ। ਇਸ ਤੋਂ ਸਹਾਬਾ 'ਚੋਂ ਖਾਸ ਜ਼ਿੰਮੇ ਰਸੂਲਲਾ ਖਵਾਉਂਦਾ ਕਿ ਹਜ਼ੂਰ ਦਾ ਖਾਸ, 10 ਸਾਲ ਫਿਰ ਹਜ਼ੂਰ ਦੇ ਘਰ 'ਚ ਰਿਹਾ, ਜੋ ਜਿੱਥੇ ਆਪਨੇ ਭੇਜਿਆ ਗਿਆ ਖਿਦਮਤ ਕੀਤੀ, ਔਰ 10 ਸਾਲ ਦੇ ਬਾਰੇ ਜਾਂਦਾ ਕਿ ਰੱਬ ਗਵਾਹ ਮੈਂ ਕੋਈ ਕੰਮ ਕੀਤਾ ਜਾਂ ਨਹੀਂ ਕੀਤਾ, ਉਲਟ ਵੀ ਕਰਤਾ, ਮੈਨੂੰ ਅੱਲਾਹ ਦੇ ਰਸੂਲ ਅਲੈਹਿ ਸਲਾਮ 10 ਸਾਲ 'ਚ ਨਹੀਂ ਕਿਹਾ, ਬੈਨਸੇ ਕਿਉਂ ਕੀਤਾ ਜਾਂ ਇਸ ਤਰ੍ਹਾਂ ਕਿਉਂ ਨਹੀਂ ਕੀਤਾ, ਮੈਨੂੰ ਨਹੀਂ ਡਾਂਟ, ਇੰਨਾ ਸ਼ਫਕਤਰ ਪਿਆਰ। ਤੋ ਹਜ਼ਰਤ ਅਨਸ ਰਜ਼ੀ ਅੱਲਾਹ ਫਰਮਾਉਂਦੇ, ਇਫਤਖਰ ਲਹੀਆਨ ਅਲ ਔਸ ਵਲ ਖਜ਼ਰ, ਇਹ ਤਨਾਫਸ ਸੁਣ ਲਿਓ ਜਿਹੜਾ ਕੁਰਾਨ 'ਚ ਪੜਿਆ, ਵੀ ਇੱਕ ਦੂਜੇ ਤੋਂ ਅੱਗੇ ਲੱਗਣਾ ਅਤੇ ਇਹਨਾਂ ਕੰਮਾਂ 'ਚ ਲੰਘੋ ਖਤ, ਇਹੋ ਜਿਹੜੇ ਦੁਨੀਆ ਲਈ ਇੱਕ ਦੂਸਰੇ ਨੂੰ ਮਾਰਦੇ ਸੀ, ਫਿਰ ਮੈਂ ਔਸ ਅਲ ਖਜ਼ਰ ਇੱਕ ਦੂਸਰੇ ਬਹਿ ਗਏ, ਪੰਚਾਇਤ ਲੱਗੀ ਸੀ ਫਖਰ ਕਰਨ ਲੱਗ ਇਸਲਾਮ ਤੋਂ ਬਾਅਦ ਕਿ ਦੱਸੋ ਤੁਹਾਡੇ 'ਚ ਕਿਹੜੇ ਬੰਦੇ ਆ ਅਤੇ ਉਹਨਾਂ 'ਚ ਕਿਹੜੇ ਬੰਦੇ, ਅੱਲਾਹ ਤਨਾਫਸ ਕੀਤਾ, ਇੱਕ ਦੂਜੇ ਤੋਂ ਅੱਗੇ ਨਿਕਲ ਗਏ। ਫਕਾਰ ਲੋਸ ਮਿੰਨਾ ਅਰਬਾ ਵਕਾਰ ਹਜ਼ਰਤ ਮਿੰਨਾ ਅਰਬਾ, ਔਸ ਕਬੀਲੇ ਵਾਲਿਆਂ ਆਖਿਆ ਵੀ 4.5 ਬੰਦੇ, ਉਹਨਾਂ ਦਾ ਕੋਈ ਨਮੂਨਾ ਲਿਆਓ, ਉਹਨਾਂ ਆਖਿਆ 4.5 ਬੰਦੇ ਉਹਨਾਂ ਦਾ ਨਮੂਨਾ। ਇਹ ਕਿਹਦਾ ਫਾਇਦਾ ਹੈ, ਇਹ ਫਾਇਦਾ ਕਿਹੇ ਜ਼ਾਤ ਪਾਕ ਦਾ ਜਿਹਦਾ ਇਸਮੇ ਮੁਬਾਰਕ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਵਰਨਾ ਇਹੋ ਲੋਕ ਊਠਾਂ ਮਗਰ ਰਹਿੰਦੇ ਸੀ, ਗੋਹਾਂ ਖਾਂਦੇ ਸੀ, ਦੁਨੀਆ ਦੇ ਖਾਤਰ ਮਰਦੇ ਸੀ, ਮਗਰ ਹਜ਼ੂਰ ਨੇ ਆ ਕੇ ਦੁਨੀਆ ਬਦਲ। ਉਤਰ ਕਰ ਹਿਰਾਸ ਏ ਸੂਏ ਕੌਮ ਆਇਆ, ਔਰ ਇੱਕ ਨੁਸਖਾ ਏ ਕੀਮੀਆ ਸਾਥ ਲਾਇਆ, ਵੋ ਬਿਜਲੀ ਕਾ ਕੜਕਾ ਥਾ ਯਾ ਸੌਤੇ ਹਾਦੀ, ਅਰਬ ਕੀ ਜ਼ਮੀਨ ਜਿਸਨੇ ਸਾਰੀ ਹਿਲਾ, ਡਾਕੂ ਔਰ ਚੋਰ ਜਿਹੜੇ ਸੀ ਬਲੀ ਕਰਕੇ ਔਰ ਦੁਨੀਆ ਤੋਂ ਗਏ ਅਤੇ ਫਰਿਸ਼ਤਿਆਂ ਤੋਂ ਆਲਾ ਬੰਦੇ ਛੱਡ ਕੇ ਗਏ। ਹੈਂ ਮੁੜ ਕੇ ਹੁਣ ਗੱਲ ਹੋਈ ਵੀ ਉਹ ਕੌਣ ਆ, ਕਾਲ ਲੋਸ ਮਿੰਨਾ ਮਨਿਸ ਤਜ਼ਾਲ ਵਰਸ਼ ਰਮਾਨ ਸਾਧ ਬਨਮਾਦ, ਇਹ ਤਨਾਫਸ ਸੁਣੋ, ਇੱਦਾਂ ਦੇ ਮੁਕਾਬਲੇ ਕਰੋ ਕਿਤੇ ਇਕੱਠ ਹੋਵੇ, ਇਹ ਕਰੋ ਵੀ ਉਹਨੇ ਆਹ ਨੇਕੀ ਕੀਤੀ। ਮੈਂ ਤਾਂ ਉਸ ਕਬੀਲੇ ਦੇ ਲੋਕਾਂ ਨੇ ਆਖਿਆ ਸਾਡੇ 'ਚ ਉਹ ਜਿਹਦੀ ਮੌਤ 'ਤੇ ਅੱਲਾਹ ਦਾ ਅਰਸ਼ ਲਿਆ, ਅੱਲਾਹ ਦੇ ਰਸੂਲ ਅਲੈਹਿ ਸਲਾਮ ਫਰਮਾਇਆ ਸੀ ਵੀ ਸਾਧ ਇਬਨ ਮੁਆਦ ਦੀ ਮੌਤ 'ਤੇ ਖੁਦਾ ਦੇ ਅਰਸ਼ ਨੂੰ ਜ਼ਲਜ਼ਲਾ, ਅੱਲਾਹ ਦਾ ਅਰਸ਼ ਹਿੱਲ ਗਿਆ ਔਰ 70,000 ਫਰਿਸ਼ਤਾ ਉਹਦੇ ਜਨਾਜ਼ੇ ਨਾਲ ਸ਼ਰੀਕ ਹੋਏ। ਉਹਨਾਂ ਆਖਿਆ ਸਾਡੇ ਸਾਧ ਇਬਨ ਮੁਆਦ ਜਿਹਦੀ ਮੌਤ 'ਤੇ ਅੱਲਾਹ ਦਾ ਅਰਸ਼ ਲਫ਼ਜ਼ ਚਾਇਆ,
ومن من ادلت شہادت شہادت رضول عین خدامہ بن ثابت. اور دوسرا انہوں نے آخیا لوگ گواہی دیں تو ایک دی ایک گنی جاتی ہے سارے اندر وہ جنوں خدامہ ابن ثابت نے اپنے آپ کیا تو شہادت ہے تو کسی مقدمے کلا ہی گواہی دے گا تو دو گواہوں کے برابر گواہی دیں گی. ہوا کی کہ رسول کریم علیہ السلام نے ایک بدوی نے سودا کیتا پینڈو آدمی نے جی گھوڑے کا. حضور نے آخیا میں گھوڑے کے پیسے تینوں دیا. گھوڑا پھڑی آؤں ایک مسلمان نو کوئی پتہ نہیں سی بے سودا حضور نہ کر چکا. انہیں پیچھے انہوں آخیا یار گھوڑا بیچنا جو آخا بیچنا انہیں پیسے کو ود دیتے انہیں گھوڑا انہوں دین کا کر لیا. حضور نے آخیا گھوڑا تو تم میرے دینا پہلا میرا کوئی سودا نہیں مکر. اسی دوران حضرت خزیمہ آ گیا جنہ کی گل انہیں آخا کوئی گواہ پیش کرو. حضرت خزیمہ آخیا میں گواہ تو سودا حضور نے کیا. نبی علیہ السلام نے پوچھا خزیمہ تو تے ہے ہی نہیں سی تو کل دی گواہی دینا. انہیں آخیا اللہ کے رسول نہ اسی جبریل آتا ویکیا تو نہ وہی اتر دی ویکھی جب اس غائب نو اسی ماننے تو سچ بولتا یہ دنیا کی گل کتنا میں تینوں چٹھا دوں. حضور نے ایمان سے خوش ہو کے آخیا کہ خزیمہ تیری گواہی دعا گواہاں دے برابر. یہ خزیمہ تو شہادت عین ہو گیا. اے گل ذرا سنتے رہو حدیث پاک سے دلوں ٹھنڈ پہنچاؤ کہ رسول اللہ نے انقلاب کہڑا لیا بندے کتنا بدلے. میری تھوڑی طرح یہ خاک کے پتلے سی یہ گوشت پوش ساریاں خواہشاں ہرساں انہوں کے بچ انہوں نے وہ مردے کھپتے سی یا صاحب بن معاذ کا حوالہ دیتا چودھری اللہ دا عرش چلیا اور انہوں نے بنو قریظہ کے خلاف فیصلہ دیتا. حضور نے فرمایا صاحب کا فیصلہ عرش والے کے فیصلے کے مطابق انہوں ظالمان ختم کیا اور نال حضرت خزیمہ کا کیا. ومن من غسل الملائکہ حنظرۃ بن راہب. اور تیسرا انہوں نے کیا سارے ویکھ لو جنہوں فرشتیاں نے غسل دیتا. لوگ مردیا آپ نہ آدھے سارے چو حنظلہ ہوا جنہوں فرشتیاں نے غسل دیتا. یہ بھی گل تھی سنی نا کہ کس آدمی کا پتر باپ پتا ابو عامر راہب کافر ہو کے مریا. حضور دے آن تو پہلا بڑا درویش بنیا سی انہوں کا لباس پہنتا سی بہت فقیری سی وہ چرچا مدینہ ولی منگا سی انہوں مگر حضور دے آن تو سڑ گیا حسد کی بیماری مبتلا ہو گیا بے لوگ یہ موت کے لوگ نہ مراد مکے گیا انہوں نے پڑکایا پھر روم گیا کیسر نو پڑکا کافر ہو کے ہی مریا. اور میدان وہ چایا تو کہنے لگا مینو نال چلو میں جب اپنی برادری کے سامنے کھڑا ہوں گا تو انہوں نے میں آواز دی محمد کا ساتھ چھڑ دیں گے صلی اللہ علیہ وسلم. مگر جب انہیں آ کے آخیا جانتے تھے میں ابو عامر چھڑ دو ساتھ میری گل منو. سارے قبیلے نے بھی یک زبان آخیا کہ فاسکار کتیا دفاع ہو جا وہ وقت گیا جب تینوں اسی بزرگ مانتے سی اسی حضور دے دیوانے ہاں. کہنے لگا یار میری قوم میرے بعد بگڑی وہ پتر حنظلہ بیوی نہ تازہ شادی ہوئی پہلی رات شبے روسی غسل کرنا سی دے اکانچ آواز پئی کہ رسول اللہ کا لشکر احد نو روانہ ہو گیا مسلمان چلے گیا احد غسل نہیں کیا. حضور نہ شریک ہو گیا شہید ہو گیا. شہید نو حالانکہ غسل نہیں دیتا جائے کسی نے نہیں نوایا مگر میدان کی کھڑیا حضور نے ویکھیا پانی گرنا شروع ہوا ویکھیا تو حنظلہ کی لاش نو فرشتے غسل دے رہے. حضور نے فرمایا جی بیوی نو پوچھنا چاہیے بھی معاملہ کی ہے. جب پوچھا انہیں دسیا آہ قصہ ہوا تو انہیں گوانڈیاں گواہ بھی بنا دیا بغیر میری اولاد بات ہو بھائی یار کوئی شک نہ کرو میری بیوی ہے میں صحبت کر کے جا رہا ہوں مگر غسل کا ٹائم نہیں رہا لیٹ نہ ہو جا حضور تو چلے گئے. اس بار انہوں نے آخیا سارے تیسرا وہ حضرت ابن راہب ہے جنہوں خدا دے فرشتہ نے غسل دیا. پھر کیا من من ہما لحم دبر آسن بن صاحب ابن افر انہوں نے آخیا سارے چوتھا وہ جمیا جی لاش کی حفاظت بھڑا نے کی درد رنگ دے ہوندے نا اسی بڑیال کہہ دینے کئی بھیڑے جانے اردو بھیڑی جان یہاں کے ذریعے یہ رسول کریم نے ایک دستے دے امیر بنا کے بھیجیا وہ دستے دے بارے خبر لگ گئی کافران انہوں نے آ کے گھیر لیا ٹیلے سے چڑھے انہوں نے آخیا اتر آؤ سارا اسی تمہوں خدا دامن دینے کچھ نہیں کہیں حضرت آصف نے کیا میں کافران کی امان نو نہیں منتا یہاں کے وعدے جھوٹے کافر کی گل سے میں نہیں اترنا جو ہوں ہو. سات بندے بیچارے شہید ہو گئے تین اترے وہ بہت بری طرح بعد شہید کیتے گئے حضرت خبیب بھی انہوں سے خیر ہور قصہ حضرت آسم جڑے سی یہ نہیں انہوں کے وعدے سے اترے شہید ہو گئے مگر اپنے رب اگے انہوں نے دعا کی کہ اللہ جب تو میں اسلام لیا میں کسی مشرک کا جسم نہیں چھویا تو نہ انہوں اپنے بدن کو ہاتھ لاؤں دیتا میں نہ کافروں تو اینی نفرت کی ہے بے میرے جسم کو کسی مشرک ٹچ نہیں کیتا تو مرن تو بعد میری ہو جانی بس بے تو قادر ہے میری لاش نو بھی بچائی کہ دشمن میری لاش نو چھو نہ سکے تو مکے اعلان ہویا سی بے نے جنگے اس دے اندر انہیں سارے بندے مارے ہے بدر سے اس تو جتھے آسم کا سر لبے ایک عورت نے آخیا سی میرے وڈیاں کا قاتل وہ کھوپڑی مینوں لیا کے جو میں اس کھوپڑی شراب پینی تو انعام دوں گی انہاں سرداراں نے کل رکھ لے بھائی
कि आसम का सिर खट के लो, खबर उन्होंने तक पहुँच गई, मगर आसम के गिर सही बुखारी चाहता बैलों ने बिड़ा का लश्कर कर। हूँ भी कई बार खबर पढ़ते शहर की मक्खियाँ हमला हो रही, अल्लाह जिस लश्कर को चाहे कम बेड़ हो गया इस तरह दुबारे काफिर बड़ा चारा कर रहे नेड़े नहीं आए। मुड़ के रात में अल्लाह ने इन्हें जोर की बारिश की, दरिया समुद्र बहा के लै गई लाश बारिश हाथ नहीं आए। यह चौथा उन्होंने आख्या साढ़े चौसम बिन साबित बिन अफला जी लाश की हिफाजत अल्लाह तला ने भिड़ा के जरिए की। यह उसका तुम सुन लिया, उन्होंने क्या उसने चार बंदे उन्होंने आख्या साढ़े चार जमे